ਤੁਸੀਂ ਦੇਖ ਰਹੇ ਹੋ ਸਾਂਝ ਟੀਵੀ ਨਿਊਜ਼ ਪੋਰਟਲ। ਪੰਜਾਬ ਪੁਲਿਸ ਹਮੇਸ਼ਾ ਹੀ ਕਿਸੇ ਨਾ ਕਿਸੇ ਕਾਰਨਾਮੇ ਨੂੰ ਲੈ ਕੇ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਹੈ ਤਰਨ ਤਾਰਨ ਦੇ ਕਸਬਾ ਸ਼ਬਾਲ ਤੋਂ, ਜਿੱਥੇ ਇੱਕ ਨੌਜਵਾਨ ਨੂੰ ਦਿਨ ਦਿਹਾੜੇ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ। ਸੂਤਰਾਂ ਮੁਤਾਬਿਕ ਸ਼ਬਾਲ ਦੇ ਠੱਟੀ ਰੋਡ ਤੇ ਮਨਵੀਰ ਸਿੰਘ ਨੂੰ ਅਣਪਛਾਤੇ ਲੋਕਾਂ ਨੇ ਗੋਲੀਆਂ ਚਲਾ ਕੇ ਬੁਰੀ ਤਰ੍ਹਾਂ ਨਾਲ ਜ਼ਖਮੀ ਕਰ ਦਿੱਤਾ, ਜਿਸ ਤੋਂ ਬਾਅਦ ਜ਼ਖਮੀ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਇਸ ਸੰਬੰਧੀ ਪੀੜਤ ਨੌਜਵਾਨ ਨੇ ਕਿਹਾ ਹੈ ਕਿ ਪੁਲਿਸ ਦੀ ਲਾਪਰਵਾਹੀ ਦੇ ਚਲਦਿਆਂ ਉਸ ਨੂੰ ਹੁਣ ਵੀ ਜਾਨ ਦਾ ਖਤਰਾ ਬਣਿਆ ਹੋਇਆ ਹੈ। ਪੁਲਿਸ ਹੁਣ ਤੱਕ ਇਹ ਵੀ ਨਹੀਂ ਪਤਾ ਲਗਾ ਪਾਈ ਹੈ ਕਿ ਹਮਲਾਵਰ ਕੌਣ ਸਨ। ਉਸਨੇ ਕਿਹਾ ਹੈ ਕਿ ਉਹ ਹਾਲੇ ਵੀ ਡਰ ਦੇ ਸਾਏ ਵਿੱਚ ਜੀ ਰਿਹਾ ਹੈ। ਨਵੀਰ ਸਿੰਘ ਕਿਹੜਾ ਪਿੰਡ ਹੈ? ਚਬਾਲ। ਕੀ ਗੱਲਬਾਤ ਹੈ ਭਾਜੀ? ਗੱਲਬਾਤ ਰਾਤ 2:30 ਵਜੇ ਨਾ ਆ ਕੇ ਗੋਲੀਆਂ ਮਾਰੀਆਂ ਵਾ। ਦੋ ਗੱਡੀਆਂ, ਦੋ ਮੋਟਰਸਾਈਕਲ ਤੇ ਆ ਕੇ ਮੁੰਡਿਆਂ ਨੇ, 14-15 ਮੁੰਡਿਆਂ ਨੇ ਆ ਕੇ ਹਥਿਆਰਾਂ ਲੈਸ ਹੋ ਗਏ। ਘਰ ਦੇ ਵਿੱਚ ਬਾਰੀ ਥਾਣੀ ਗੋਲੀਆਂ ਮਾਰੀਆਂ। ਇੱਕ ਮੇਰੀ ਬਾਂਹ ਦੇ ਵਿੱਚ ਵੱਜੀ ਆ ਤੇ ਇੱਕ ਵੱਜੀ ਆ ਵੱਖੀ ਦੇ ਵਿੱਚ। ਵੱਖੀ ਤੋਂ ਵੀ ਆਰ ਪਾਰ ਹੋਈ ਆ ਤੇ ਬਾਂਹ ਦਾ ਖਲਾਰਾ ਹੋਇਆ ਪੂਰਾ। ਜਿਹਨਾਂ ਨੇ ਗੋਲੀ ਮਾਰੀ ਪਤਾ ਕੌਣ ਆ ਬੰਦੇ? ਹਾਂਜੀ, ਬੰਦੇ ਸ਼ੋਰ ਹੋ ਗਏ ਆ ਤੇ ਆਪਾਂ ਦਿੱਤੀ ਦਰਖਾਸਤ SHO ਸਾਹਿਬ ਤੋਂ, ਸਭ ਕੁਝ SSP ਸਾਹਿਬ ਤੋਂ, ਨਾਂ ਬਾਈ ਨੇ ਦਰਜ ਕਰਾਏ ਆਪਾਂ। ਕਿਉਂ ਦੀ SHO ਸਾਹਿਬ ਤੋਂ 20 ਦਿਨ ਹੋ ਗਏ ਅੱਜ ਤੱਕ ਮਗਰ ਤੁਰੇ ਫਿਰਦੇ ਹਾਂ। ਨਾ ਉਹਨਾਂ ਨੇ ਆਪ ਬਿਆਨ ਲੈ ਆ ਕੇ, ਅਸੀਂ ਆਪ ਛੁੱਟੀ ਲੈ ਗਏ ਹੋਸਪਿਟਲ 'ਚੋਂ ਆ ਕੇ, ਫਿਰ ਆ ਕੇ ਬਿਆਨ ਦਿੱਤੇ ਆ। ਅਤੇ ਇੱਕ ਮੇਰੇ ਡੈਡੀ ਦੇ ਆਧਾਰ 'ਤੇ ਜਿੱਦਣ ਮੇਰੇ ਗੋਲੀਆਂ ਵੱਜੀਆਂ ਉਹਦੇ ਆਧਾਰ 'ਤੇ ਉਹਨਾਂ ਨੇ ਅਣਪਛਾਤਿਆਂ 'ਤੇ ਪਰਚਾ ਕੱਟਿਆ ਵਾ। ਕੋਈ ਮਤਲਬ ਕਿ ਮੇਰੇ ਤੋਂ ਆ ਕੇ ਇਹਨਾਂ ਨੇ ਵੈਰੀਫਿਕੇਸ਼ਨ ਨਹੀਂ ਕੀਤੀ ਕੋਈ ਵੀ, ਉਹ ਮੈਂ ਆਪ ਆ ਕੇ ਅਤੇ ਜਾ ਕੇ ਥਾਣੇ ਜਾ ਕੇ ਫਿਰ ਜਾ ਕੇ ਉਹਨਾਂ ਨੂੰ ਜਾ ਕੇ ਬਾਈ ਨੇ ਨੰਬਰ ਲਗਾਏ ਆ। ਉਹ ਵੀ ਉਹਨਾਂ ਨੇ ਕਿਹਾ ਕਿ ਅਸੀਂ ਅਜੇ ਆਪਣੀ ਵੈਰੀਫਿਕੇਸ਼ਨ ਕਰਨੀ ਆ, ਫਿਰ ਨਾਂ ਦਰਜ ਕਰਨੇ ਆ। ਹਜੇ ਤੱਕ ਅਸੀਂ ਬਾਈ ਨੇ ਮਤਲਬ ਕਿ ਨਾਮ ਲਿਖਾਏ ਆ, ਕੋਈ ਬੰਦਾ ਨਹੀਂ ਉਹਨਾਂ ਨੇ ਚੁੱਕਿਆ। ਅਤੇ ਇਸ ਕਰਕੇ ਸਾਨੂੰ SSP ਸਾਹਿਬ ਤੋਂ ਆਉਣਾ ਪਿਆ ਵਾ। ਹੁਣ ਵੇਖੋ SSP ਸਾਹਿਬ ਕੀ ਕਰਦੇ, ਇਨਸਾਫ ਦਿੰਦੇ ਆ ਉਹਨਾਂ ਦਾ ਕੀ ਕਰਦੇ ਆ। ਇਸ ਹੁਣ SHO ਸਾਹਿਬ ਕਰਨਗੇ ਜਾਂ SSP ਸਾਹਿਬ ਕਰਨਗੇ, ਪਤਾ ਕੀ ਹੈ ਇਹਨਾਂ ਨੂੰ? ਆਪਣੀ ਤਾਂ ਕੋਈ ਪੁਰਾਣੀ ਐਡੀ ਯਾਰੀ ਹੈਗੀ ਨਹੀਂ। ਰੰਜਿਸ਼ ਉਹ ਨਸ਼ਾ ਪੱਤਾ ਕਰਦੇ ਫੁੱਲ, ਅਤੇ ਥੋੜ੍ਹਾ ਕੁ ਸਾੜਾ ਸੂੜਾ ਰੱਖਦੇ ਕੋਈ ਪਹਿਲਾਂ, ਮਤਲਬ ਕਿ ਜ਼ਿਆਦਾ ਨਸ਼ੇ ਪੱਤੇ ਜੀ ਮੇਰੇ ਹਿਸਾਬ ਨਾਲ ਕੰਮ ਕੀਤਾ ਵਾ। ਬਾਕੀ ਖੁੱਲ੍ਹ ਕੇ ਗੱਲ SSP ਸਾਹਿਬ ਨੂੰ ਆਪਾਂ ਦੱਸਾਂਗੇ, ਮੀਡੀਆ ਸਾਹਮਣੇ ਅਜੇ ਬੰਦੇ ਕੈਦ ਕਰਨੇ ਆਪਾਂ ਤਾਂ ਹੈਗਾ ਵਾ, ਜਿਹਦੇ ਕਰਕੇ ਕਾਰਵਾਈ ਨਹੀਂ ਆਉਂਦੀ। 20 ਦਿਨ ਹੋ ਗਏ, ਗੋਲੀਆਂ ਲੱਗੀਆਂ ਇੱਕ ਹਿਸਾਬ ਦਾ, ਮਾਰ ਹੀ ਗਏ ਮੈਨੂੰ। ਅਤੇ ਮਤਲਬ ਕਿ ਮੇਰੀ ਜਿਹੋ ਜਿਹੀ ਕੰਡੀਸ਼ਨ ਹੀ ਉਹ ਟਾਈਮ 'ਤੇ ਸ਼ਾਇਦ ਡੈਥ ਵੀ ਹੋ ਸਕਦੀ ਸੀ। ਅਤੇ ਕੇਸ ਅਜੇ ਤੱਕ ਤੁਰਿਆ ਨਹੀਂ, ਉੱਥੇ ਨਾ ਪਿਆ ਵਾ, ਕਿਸੇ ਹੱਲ ਰੇਡ ਨਹੀਂ ਹੋਈ SHO ਸਾਹਿਬ ਤੋਂ। ਇਸ ਸੰਬੰਧਿਤ ਥਾਣਾ ਚਬਾਲ ਦੇ SHO ਅਜੇ ਕੁਮਾਰ ਨੇ ਕਿਹਾ ਹੈ ਕਿ ਪੁਲਿਸ ਵੱਲੋਂ ਕੁਝ 26 ਆਰੋਪੀਆਂ ਦੇ ਘਰਾਂ 'ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਆਰੋਪੀ ਜਲਦ ਹੀ ਪੁਲਿਸ ਦੀ ਪਕੜ ਵਿੱਚ ਹੋਣਗੇ। ਇਹ 21/8/2019 ਨੂੰ ਰਾਤ ਕਰੀਬ 2:30 ਵਜੇ ਸਾਡੇ ਕੋਲ ਇਨਫੋਰਮੇਸ਼ਨ ਆਈ ਬਈ ਆਪਣੇ ਇਸ ਤਰ੍ਹਾਂ ਠੱਠੀ ਰੋਡ ਦੇ ਉੱਤੇ ਚਬਾਲ ਜਿਹੜਾ ਵਾ ਕਿਸੇ ਬੰਦੇ ਨੂੰ ਗੋਲੀ ਮਾਰ ਕੇ ਅਤੇ ਜ਼ਖਮੀ ਕਰ ਗਏ ਆ। ਰਾਤ 2:30 ਵਜੇ ਡਿਊਟੀ ਅਫਸਰ ਅਤੇ ਮੈਂ ਆਪ ਖੁਦ ਮੌਕੇ 'ਤੇ ਗਿਆ, ਉੱਥੇ ਜਾ ਕੇ ਸਾਰਾ ਵੈਰੀਫਾਈ ਕੀਤਾ। ਉਹਨੇ ਚਿਰ ਨੂੰ ਬੰਦੇ ਨੂੰ ਲੈ ਗਏ ਸੀ ਹੋਸਪਿਟਲ, ਅਮਨਦੀਪ ਹੋਸਪਿਟਲ। ਫਿਰ ਅਸੀਂ ਤੜਕੇ ਗਏ ਹਾਂ ਉੱਥੇ ਅਮਨਦੀਪ ਹੋਸਪਿਟਲ, ਉੱਥੇ ਜਾ ਕੇ ਜਿਹੜਾ ਮਨਵੀਰ ਸਿੰਘ ਆ ਉਹ ਆਪ ਤਾਂ ਇੰਜਰਡ ਸੀਗਾ ਅਤੇ ਮਤਲਬ ਹੈ ਨਹੀਂ ਸੀ, ਉਹਨੂੰ ਫਿੱਟ ਨਹੀਂ ਸੀ ਬਿਆਨ ਦਿੰਦੇ। ਫਿਰ ਉਹਦੇ ਫਾਦਰ ਦੀ ਸਟੇਟਮੈਂਟ 'ਤੇ ਅਸੀਂ ਉਸੇ ਵੇਲੇ ਕੇਸ ਰਜਿਸਟਰ ਕਰ ਦਿੱਤਾ ਸੀਨੀਅਰ ਅਫਸਰਾਂ ਦੇ ਧਿਆਨ 'ਚ ਲਿਆ ਕੇ। ਅਤੇ ਉਸ ਤੋਂ ਬਾਅਦ ਫਿਰ ਉਹ ਮਤਲਬ ਜਦੋਂ ਉਹਨੂੰ ਹੋਸ਼ ਆਈ 4-5 ਦਿਨਾਂ ਬਾਅਦ, ਫਿਰ ਉਹਦੀ ਸਟੇਟਮੈਂਟ ਰਿਕਾਰਡ ਕੀਤੀ। ਅਤੇ ਫਿਰ ਉਸ ਕੁਝ ਬੰਦਿਆਂ ਦਾ ਕਲਿਊ ਉਹਨੇ ਦੱਸਿਆ ਸਾਨੂੰ, ਉਹ ਅਸੀਂ ਸੋਰਸ ਲਗਾਏ ਆ, ਅਸੀਂ ਰੇਡ ਕਰ ਰਹੇ ਹਾਂ, ਜਲਦੀ ਤੋਂ ਜਲਦੀ ਜਿਹੜਾ ਵਾ ਦੋਸ਼ੀ ਫੜੇ ਜਾਣਗੇ। ਨਹੀਂ ਉਹ ਮਤਲਬ ਉਹਨਾਂ ਨੇ ਸ਼ੱਕ ਜ਼ਾਹਰ ਕੀਤਾ ਕੁਝ ਬੰਦਿਆਂ ਦੇ ਉੱਤੇ, ਅਤੇ ਉਹ ਫਿਰ ਅਸੀਂ ਆਪਣੇ ਸੋਰਸ ਲਾਏ। ਅਸੀਂ ਚਾਹੁੰਦੇ ਹਾਂ ਵੀ ਜਿਹੜਾ ਵਾ ਮਤਲਬ ਬੰਦੇ ਕਿਤੇ ਸਲਿੱਪ ਨਾ ਹੋ ਜਾਣ, ਮਤਲਬ ਜਦੋਂ ਮਤਲਬ ਪੱਕੇ ਤੌਰ 'ਤੇ ਉਹਨਾਂ ਨੂੰ ਰਾਊਂਡ ਅਪ ਕਰੀਏ। ਨਹੀਂ ਆਪਣੇ ਵੱਲੋਂ ਕਰ ਰਹੇ ਹਾਂ ਇਨਵੈਸਟੀਗੇਸ਼ਨ, ਆਪਣੇ ਵੱਲੋਂ ਅਸੀਂ ਕਾਲ ਡਿਟੇਲ ਰਿਪੋਰਟ ਵਗੈਰਾ ਉਹਦੀ ਕਢਵਾ ਰਹੇ ਹਾਂ, ਬਾਕੀ ਉੱਥੋਂ ਸਨੈਪ ਵਗੈਰਾ ਲਈਆਂ, ਫਿੰਗਰ ਪ੍ਰਿੰਟ ਵਗੈਰਾ ਆਪਣੇ ਤੌਰ 'ਤੇ ਵੀ ਕੋਸ਼ਿਸ਼ ਕਰ ਰਹੇ ਹਾਂ। ਮੇ ਬੀ ਪੋਸੀਬਲ ਇੱਕ ਹਫ਼ਤੇ ਦੇ ਵਿੱਚ। ਤਰਨ ਤਾਰਨ ਤੋਂ ਅਮਨਦੀਪ ਮਨਚੰਦਾ ਦੀ ਰਿਪੋਰਟ। ਨਵੀਆਂ ਤੇ ਤਾਜ਼ਾ ਖਬਰਾਂ ਸਭ ਤੋਂ ਪਹਿਲਾਂ ਵੇਖਣ ਲਈ ਸਾਡਾ YouTube ਚੈਨਲ ਸਬਸਕ੍ਰਾਈਬ ਕਰੋ। ਸਾਂਝ ਟੀਵੀ ਤੇ ਸਿਰਫ ਖਬਰਾਂ ਜਾਣਨ ਦੇ ਲਈ ਨਹੀਂ, ਸੱਭਿਆਚਾਰਕ ਪ੍ਰੋਗਰਾਮ, ਖਾਸ ਮੁਲਾਕਾਤ ਦੇ ਵਿੱਚ ਸੋਸ਼ਲ ਇਸ਼ੂ, ਪੋਲੀਟੀਕਲ ਇਸ਼ੂ, ਇਹਨਾਂ ਸਾਰੇ ਇਸ਼ੂਜ਼ ਨੂੰ ਜਾਣਨ ਦੇ ਲਈ ਸਬਸਕ੍ਰਾਈਬ ਕਰੋ ਆਪਣਾ YouTube ਚੈਨਲ ਸਾਂਝ ਟੀਵੀ।